ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੇਐਸ ਅਪਡੇਟਸ ਤੇ ਤੁਹਾਡੇ ਲਈ ਅੱਜ ਜਿਹੜਾ ਕਿ ਪੰਜਾਬੀ 2 ਦਾ ਪੇਪਰ ਹੋਣ ਵਾਲਾਗਾ 10ਵੀਂ ਜਮਾਤ ਦਾ ਤੁਹਾਡੀ ਲੈ ਕੇ ਆਜਾ ਹਜਰਾਂ ਦੋਸਤੋ ਪਹਿਲਾਂ ਇੱਕ ਵਾਰੀ ਸਾਡੇ ਚੈਨਲ ਤੇ ਨਵੇਂਾਂ ਦਾ ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਲੱਗੀ ਕੰਟੀਨਿਊੀ ਪ੍ਰੈਸ ਕਰ ਲੋ ਤਾਂਕਿ ਜਿਹੜਾ ਕਿ ਹਰ ਵੀਡਿਓ ਨੋਟ ਕੀ ਅਸੀਂ ਪਾਈਏ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋਏ ਜਿਹੜਾ ਕਿ ਡੇਢ ਘੰਟੇ ਦਾ ਸਮਾਂ ਹੋਊਗਾ ਤੁਹਾਡਾ ਤੇ 30 ਮਾਰਕਸ ਦਾ ਜਿਹੜਾ ਕਿ ਤੁਹਾਡਾ ਪੇਪਰ ਹੋ ਜਾਊਗਾ ਤੁਸੀਂ ਦੇਈ ਸਾਰਦਿਤ ਸੰਤਲਖਾਈ ਦੇ ਦੋ ਅੰਕ ਤੁਹਾਨੂੰ ਮਿਲ ਜਾਣਗੇ ਅੱਗੇ ਆ ਜਾਂਦੇ ਨੇ ਵਸਤੂ ਨਿਸ਼ਟ ਪ੍ਰਸ਼ਨ ਪੰਜ ਮਖ ਦੇ ਤੁਹਾਡੇ ਪੇਪਰ ਜਿਹੜੇ ਕਿ ਕੁਐਸਚਨ ਹੋ ਜਾਣਗੇ ਤੁਹਾਡੇ ਦਿੱਤੇ ਗਏ ਨੇ ਤੁਹਾਨੂੰ ਦੱਸ ਦਿੰਦੇ ਨੇ ਕਿਵੇਂ ਹੋਣਗੇ ਪਿਆਬੀ ਵਿੱਚ ਕਿੰਨੇ ਲਗਾਖਰ ਹਨ ਅਤੇ ਪਿਆਬੀ ਬੋਲੀ ਦੀ ਲਿਪੀ ਦਾ ਨਾਮ ਲਿਖੋ ਪਿਆਬੀ ਦੀਆਂ ਨਾਸਿਕ ਧੁਨੀਆਂ ਕਿਹੜੀਆਂ ਕਿੰਨੀਆਂ ਹਨ ਜੋ ਕਦੇ ਥਕੇ ਨਾ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਬਣਾਓ ਛੜਿਆਲਾ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਹਾਂਜੀ ਦੋਸਤੋ ਇਹ ਕੁਐਸਚਨ ਹੋਣਗੇ ਅੱਗੇ ਤੁਸੀਂ ਦੇਖ ਸਕਦੇ ਹੋ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ ਹਾਂਜੀ ਤੁਸੀਂ ਲੇਖ ਲਿਖਣਾ ਹੋਵੇਗਾ ਸਾਡੇ ਮੇਲੇ ਅਤੇ ਤਿਉਹਾਰ ਜਾਂ ਫਿਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖ ਸਕਦੇ ਹੋ ਪੰਜ ਮਕਸਾ ਜਿਹੜਾ ਤੁਹਾਡਾ ਇਹ ਹੋਊ ਹੁਣ ਵਾਲਾਗਾ ਅੱਗੇ ਤੁਸੀਂ ਦੇਖ ਸਕਦੇ ਹੋ ਕੋਈ ਇੱਕ ਪੱਤਰ ਜਾਂ ਬਿਨੇ ਪੱਤਰ ਲਿਖੋ ਹਾਂਜੀ ਦੋਸਤੋ ਤੁਸੀਂ ਇਹ ਜਿਹੜੇ ਅਪਲੀਕੇਸ਼ਨ ਹੋਣਗੀਆਂ ਇਹ ਲਿਖਣੀਆਂ ਹੋਣਗੀਆਂ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਸਕੂਲ ਮੁਖੀ ਨੂੰ ਬਿਨੇ ਪੱਤਰ ਹਾਂਜੀ ਦੋਸਤੋ ਇਹਦੀ ਥਾਂ ਤੇ ਤੁਸੀਂ ਇਹ ਨੀਚੇ ਵਾਲੇ ਵੀ ਲਿਖ ਸਕਦੇ ਹੋ ਅਖਬਾਰ ਦੇ ਸੰਪਾਦਕ ਨੂੰ ਬੱਚੇ ਚੁੱਕਣ ਜਾਣ ਦੀ ਵਰਤਤਾਤਾਂ ਸੰਬੰਧੀ ਪੱਤਰ ਲਿਖੋ ਹਾਂਜੀ ਦੋਸਤੋ ਇਹ ਜਿਹੜਾ ਕਿ ਇਹ ਵੀ ਪੰਜ ਮਾਰਕ ਦਾ ਇਹ ਤੁਹਾਡਾ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਹੋਣ ਵਾਲਾ ਅੱਗੇ ਤੁਸੀਂ ਦੇਖ ਸਕਦੇ ਹੋ ਪੰਜਵਾਂ ਆ ਜਾਂਦਾ ਸਾਡੇ ਕੋਲੇ ਪਹਿਲਾ ਕੁਸ਼ਣ ਆ ਜਾਂਦਾ ਪੰਜਵਾਂ ਦੇ ਵਿੱਚ ਤੁੰਨੀ ਬੋਤ ਕੀ ਪਾਬ ਹੈ ਅਤੇ ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ ਹਾਂਜੀ ਦੋਸਤੋ ਇਹ 2-2 ਮਾਰਕ ਤੁਹਾਡੇ ਕੁਐਸਚਨ ਹੋਣ ਵਾਲੇ ਹਨ ਜਿਹੜੇ ਕਿ 4 ਮਾਰਕ ਤੁਹਾਡਾ ਪੰਜਵਾਂ ਕੁਐਸਚਨ ਵਿੱਚ ਮਿਲ ਜਾਊਗਾ ਅਤੇ ਅੱਗੇ ਜਾਂਦੇ ਸਾਡੇ ਕੋਲ ਵਿਸਰਾਮ ਚਿੰਨ੍ਹ ਲਗਾਓ ਹਾਂਜੀ ਦੋਸਤੋ ਇਹਨਾਂ ਵਿੱਚ ਜਿਹੜੇ ਕਿ ਵਿਸਰਾਮ ਚਿੰਨ੍ਹ ਲਗਾਣੇ ਹੋਣਗੇ ਇਹਨਾਂ ਵਿੱਚ ਜਿਹੜੇ ਕਿ ਅੱਗੇ ਆ ਜਾਂਦੇ ਸਾਡੇ ਕੋਲੇ ਹੇਠ ਲਿਖੇ ਮੁਹਾਵਰੇਆਂ ਵਿੱਚੋਂ ਕੋਈ ਤਿੰਨ ਨੂੰ ਨਿਸਤਰਾ ਵਾਕਾਂ ਵਿੱਚ ਵਰਤੋ ਕਿ ਉਹਨਾਂ ਦੇ ਅਸਥ ਸਪਸ਼ਟ ਹੋ ਜਾਣ ਹਾਂਜੀ ਦੋਸਤੋ ਇਹ ਜਿਹੜੇ ਕਿ ਮੁਹਾਵਰੇ ਹੋਣ ਵਾਲੇ ਨੇ ਤੁਹਾਡੇ ਜਿਹੜੇ ਕੀ 6 ਮਾਰਕਸ ਤੁਹਾਡੇ ਮੁਹਾਵਰੇ ਹੋਣਗੇ ਹਾਂਜੀ ਦੋਸਤੋ ਇਹ ਪੇਪਰ ਤੁਹਾਨੂੰ ਕਰਾ ਦਿੱਤਾ ਹੈ ਅਤੇ ਜੇਕਰ ਤੁਸੀਂ ਕਿਸੇ ਵੀ ਸਬਜੈਕਟ ਦਾ ਕਿਸੇ ਵੀ ਕਲਾਸ ਦਾ ਪੇਪਰ ਲੈਣਾ ਹੋਵੇ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੋਸਤੋ ਤੁਹਾਡੇ ਲਈ ਪੇਪਰ ਦੀ ਵੀਡੀਓ ਜਿਹੜੀ ਕਿ ਲੈ ਕੇ ਆਵਾਂਗੇ ਹਾਂਜੀ ਦੋਸਤੋ ਇਹ ਪੇਪਰ ਹੋਣ ਵਾਲਾ ਤੁਹਾਡਾ ਤੇ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਵਿੱਚ ਉਦ ਤੱਕ ਲਈ ਧੰਨਵਾਦ